ਬੱਲੇ ਓਏ ਸ਼ੇਰ ਜਵਾਨਾ ਤੇਰੇ ਤੋਂ ਸਦਕੇ ਜਾਨਾ ਪੰਜਾਬ ਦੇ ਆ ਕਿਰਸਾਨਾ ਤੂੰ ਸ਼ਿਫਟਾਂ ਨਾਲ ਮੱਥਾ ਲਾ ਡੈਡੀ ਪੈਰੀ ਪੈਣਾ ਦਿਹਾੜੀਆਂ ਦੱਸ ਕਿੰਨੀਆਂ ਲੱਗੀਆਂ ਪਿਛਲੇ ਹਫਤੇ ਚਾਰ ਦਿਹਾੜੀਆਂ ਲੱਗੀਆਂ ਮੇਰੇ ਡੈਡੀ ਓ ਯਾਰ ਬਿੱਲੇ ਪੰਜ ਨਹੀਂ ਲੱਗੀਆਂ ਦਿਹਾੜੀਆਂ ਓ ਭਰਾਵਾ ਤੇਰੀਆਂ ਨਹੀਂ ਪੁੱਛੀਆਂ ਡੈਡੀ ਮੇਰੇ ਚਾਰ ਹੀ ਲੱਗੀਆਂ ਉਹਦੀਆਂ ਪੰਜ ਕਿਦਾਂ ਲੱਗੀਆਂ ਲੈ ਗੱਲ ਕਰਾਂ ਮੇਰੀ ਇਹਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓ ਕਾਕਾ ਤੂੰ ਆਪ ਪੱਕਾ ਇੱਥੇ ਯਾ ਬ੍ਰਿਟਿਸ਼ ਪਾਸਪੋਰਟ ਹਾਂਜੀ ਓ ਯਾ ਤੂੰ ਮੈਨੂੰ ਸਿਰ ਦਾ ਠੱਗ ਲੱਗਣ ਡਿਆ ਬਚ ਕੇ ਰਹੀ ਯਾਰ ਤੂੰ ਤੇਰਾ ਗਾਣਾ ਸੁਣੇ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਓ ਨਹੀਂ ਚਾਚਾ ਅੱਜ ਨਹੀਂ ਗੋਹਾਲ ਟੁੱਟੇ ਪਏ ਆ ਉੱਠੋਗੇ ਕਿ ਪੁਲਿਸ ਦੀ ਆਵਾਜ਼ ਕੱਢਾਂ ਉਹਦੇ ਮੂਹਰੇ ਤਾਂ 150 ਦੀ ਸਪੀਡ ਤੇ ਭੱਜ ਦਿਓ ਪਤਾ ਕੀ ਰਾਤ ਬੜੀ ਮੁਸ਼ਕਿਲ ਲੰਘੀ ਹੈ ਯਾਰ ਮੈਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਹੋਈ ਰਾਤੀ ਵੀ ਲੱਗਾ ਕਿਸੇ ਨੇ ਮੇਰਾ ਮੂੰਹ ਚੱਟਿਆ ਉੱਠ ਕੇ ਵੇਖਿਆ ਤਾਂ ਕੁੱਤਾ ਮੈਂ ਆਖਿਆ ਦੁਰ ਉਹਦਾ ਮਾਲਕ ਨੂੰ ਲੈ ਗਿਆ ਮੈਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਹੋਈ ਉਹਨੇ ਨਹੀਂ ਸੜਕਾਂ ਤੇ ਸੌਣ ਦੀ ਟੈਨਸ਼ਨ ਮੈਨੂੰ ਵੀ ਕੋਈ ਨਹੀਂ ਕੋਈ ਵੀ ਮੇਰੀ ਕਿਹੜੀ ਫੜ ਕੇ ਕਿਸੇ ਨੇ ਟਿੰਡ ਕਰ ਦੇਣੀ ਅੱਬਾ ਅਸਲਾਮ ਅਲੈਕੁਮ ਮੈਂ ਕੰਮ ਤੇ ਜੀ ਕਿਹੜੇ ਕੰਮ ਤੇ ਯੂਕੇ ਦਾ ਵਜ਼ੀਰ ਆਜ਼ਮ ਲੱਗ ਗਿਆ ਨਾ ਜਿਹੜੇ ਬੰਦੇ ਨੇ ਮੈਨੂੰ ਇੱਥੇ ਭੇਜਿਆ ਢਾਬੇ ਤੋਂ ਲਵਾਤਾ ਉਹਨੇ ਸਫਾਈ ਕਰ ਰਹੇ ਆ ਯਾਰ ਵੈਸੇ ਮੁੱਛਾ ਤਾਂ ਵੇਖ ਲੱਗਦਾ ਕੁੱਤੀ ਲੱਕੜਾਂ ਲੈ ਕੇ ਜਾ ਰਹੀ ਹੈ ਸੈਲਫੀ ਬਣਾਉਣੀ ਜੇ ਕਿ ਰਿਸ਼ਤਾ ਦੇਣਾ ਜੇ ਉਹ ਇੱਥੇ ਆਪਣਾ ਬੰਦਾ ਹੈ ਚਲੋ ਜਿਨ੍ਹਾਂ ਨੂੰ ਆਪਣੇ ਮੁਲਕ 'ਚ ਸਾਈਕਲ ਕੋਈ ਨਹੀਂ ਕਿਰਾਏ ਤੇ ਦਿੰਦਾ ਉਹ ਯੂਕੇ ਦਾ ਵੀਜ਼ਾ ਲੈ ਕੇ ਆ ਜਾਂਦੇ ਨੇ ਇੱਧਰ ਨੂੰ ਪੰਜਾਬ ਦੇ ਕਿਸਾਨਾਂ ਅੱਗੇ ਪ੍ਰੋਗਰਾਮ ਤੋਂ ਲੇਟ ਹੋ ਗਿਆ ਚਲੋ ਇੱਕ ਆਈਟਮ ਸੁਣਾ ਦੇ ਜੇ ਚੰਗੀ ਲੱਗੀ ਤੈਨੂੰ ਲਿਫਟ ਦੇ ਦੇਵਾਂਗੇ ਫਿਰ ਰੋਡ ਤੇ ਖੜੇ ਆ ਘਰੇ ਪੁਲਿਸ ਦੀ ਰੇਡ ਪੈ ਗਈ ਆ ਗੱਲ ਸੁਣ ਤੇਰੇ ਕੋਲ ਕੋਈ ਰਹਿਣ ਲਈ ਕੋਈ ਕਮਰਾ ਹੈ ਕੋਈ ਘਰ ਚਾਹੀਦਾ ਉਹ ਤੇਰੇ ਕੋਲ ਆਪਣਾ ਹੈ ਉਹ ਤੇਰੇ ਵਰਗੀਆਂ ਚੀਜ਼ਾਂ ਕੁੱਕੜਿਆਂ ਦੇ ਖੁੱਡਿਆਂ 'ਚ ਰਹਿੰਦੀਆਂ ਹੁੰਦੀਆਂ ਘਰਾਂ 'ਚ ਨਹੀਂ ਘਰ ਚਾਹੀਦਾ ਜੇ ਕਿ ਨਹੀਂ ਵੱਜ ਗਿਆ ਅਲਾਰਮ ਸਵੇਰ ਹੋ ਗਈ ਕੰਮ ਛੁੱਟ ਜਾ ਦਿਸ ਇਜ਼ ਦ ਹਾਊਸ ਔਰ ਇਹਨੂੰ ਬਿਲਕੁਲ ਆਪਣਾ ਘਰ ਨਹੀਂ ਸਮਝਣਾ ਤੁਸਾਂ ਵੀ ਬਾਥਰੂਮ ਜਾਣਾ ਜੇ ਤੁਸੀਂ ਜਾਣਾ ਤੁਸੀਂ ਪਹਿਲਾਂ ਚਲੇ ਨਹੀਂ ਤੁਸੀਂ ਜਾਓ ਕਮਰੇ ਦਾ ਕਿਰਾਇਆ ਰਹਿਣ ਦੇ ਆਈਂਦਾ ਤੂੰ ਮੇਰੇ ਨਾਲ ਤੈਅ ਕਰ ਮੰਥਲੀ ਕੀ ਦੇਣਾ ਤੁਸੀਂ ਕਿਵੇਂ ਪੱਕੇ ਹੋਏ ਸੀ ਅੱਛਾ ਇਸ ਤਰ੍ਹਾਂ ਹੋਏ ਸੀ ਪੰਜਾਬ ਪੈਸੇ ਕਿਵੇਂ ਭੇਜਣੇ ਪੌਣੇ ਕਿੰਨੇ ਤੁਸੀਂ ਇਹ ਦੱਸੋ ਮੈਂ 20 ਪਾਉਂਡ ਭਾਜੀ ਰਕਮ ਜ਼ਿਆਦਾ ਹੁੰਦੀ ਤੁਹਾਡੇ ਕੋਲ ਨਾਲ ਗਨਮੈਨ ਰੱਖਿਆ ਕਰੋ ਮਸ਼ੀਨ ਵਿਹਲੀ ਆ ਨਹੀਂ ਵਿੱਚ ਡੰਗਰ ਬੰਨੇ ਨੇ ਉਹ ਇੱਥੇ ਇਹੋ ਜਿਹੇ ਲੋਕੀ ਜਿਨ੍ਹਾਂ ਨੂੰ ਇੰਨਾ ਚਿਰ ਹੋ ਗਿਆ ਬਾਹਰ ਆਇਆ ਨੂੰ ਹਾਲੇ ਵੀ ਚੌਂਕ 'ਚ ਇੰਜ ਖਲੋਤੇ ਹੁੰਦੇ ਜਿਵੇਂ ਚੂਹੀ ਦੇ ਚਾਕੂ ਵੱਜਾਂ ਦਾ ਯਾਰ ਤੂੰ ਕੁੜੀ ਲੱਭਣ ਆਇਆ ਤੂੰ ਇੱਥੇ ਆ ਬੁੱਤ ਵੇਖੀ ਜਾਣਦੇ ਪੁੱਤ ਡਿਜ਼ਾਈਨ ਤੇ ਚੈੱਕ ਕਰ ਲਈਏ ਨਾ ਉਹ ਲੰਮੀ ਜੀ ਵੇਖ ਲਾ ਫਿਰ ਤੁਹਾਡੇ ਘਰ ਇੱਕ ਵੀ ਨਹੀਂ ਹੈਗੀ ਚੱਲ ਦੱਸ ਕੀ ਗੱਲ ਕਰਨੀ ਸੀ ਸਮਝ ਨਹੀਂ ਆ ਰਹੀ ਯਾਰ ਕਿਵੇਂ ਕਵਾਂ ਬੋਲ 2000 ਪਾਉਂਡ ਚਾਹੀਦੇ ਯਾਰ ਦਾਰੇ ਤੂੰ ਇੰਨੀ ਦੂਰੋਂ ਮੈਨੂੰ ਪੈਸੇ ਮੰਗਣ ਲਈ ਬੁਲਾਇਆ ਉਧਾਰੇ ਮੈਂ ਕਿਹਾ ਸਾਹਮਣੇ ਮੰਗਦਾ ਤੈਨੂੰ ਨਾ ਕਰਦੀ ਨੂੰ ਸੰਗ ਤੇ ਲੱਗੂਗੀ ਮੇਰੇ ਪਿਓ ਨੇ ਮੈਨੂੰ ਕਰਜ਼ਾ ਲੈ ਕੇ ਭੇਜਿਆ ਇੱਥੇ ਰੋਜ਼ ਲੈਣ ਦੇ ਨਾਲੇ ਘਰੇ ਗੇੜੇ ਮਾਰਦੇ ਆ ਭੁੱਖੇ ਰਹਿ ਰਿਹਾ ਦਿਹਾੜੀਆਂ ਲਾਉਂਦੇ ਕੀ ਕਰੀ ਯਾਰ ਦੱਸ ਤੂੰ ਮੈਨੂੰ